ਮੈਂ ਪੰਜਾਬੀ ਹਾਂ, ਮੈਂ ਨਾ ਕਦੀ ਜੱਟ ਸ਼ਬਦ ਆਪਣੇ ਨਾਲ ਲਾਇਆ, ਨਾ ਮੈਂ ਕਦੀ ਲਾਉਣਾ। ਆਈ ਐਮ ਪੰਜਾਬੀ ਉਦੋਂ ਪਾਰਟੀ ਦੇ ਵਿੱਚ ਫੁੱਟ ਪੈ ਗਈ। ਖਹਿਰਾ ਸਾਹਿਬ ਨੇ ਵੱਖਰੀ ਪਾਰਟੀ ਬਣਾ ਲਈ ਉਦੋਂ, ਅਤੇ ਉਦੋਂ ਸਿਰਫ ਅਸੀਂ ਇਲੈਕਸ਼ਨ ਲੜੇ ਸੀ ਪਾਰਟੀ ਨੂੰ ਬਚਾਉਣ ਲਈ ਕਿ ਪਾਰਟੀ ਬਚਾਈ ਜਾਵੇ ਆਪਣੀ, ਔਰ ਪਾਰਟੀ ਬਚਾਉਣ 'ਚ ਅਸੀਂ ਕਾਮਯਾਬ ਹੋ ਗਏ। ਜੇ ਅਸੀਂ ਉਹ ਇਲੈਕਸ਼ਨਾਂ ਲੜਦੇ ਤਾਂ ਮੁੜ ਕੇ 16 ਸੀਟਾਂ ਨਹੀਂ ਹੋਣੀਆਂ ਮਾਝੇ 'ਚ, ਸੋ ਹੁਣ ਅਸੀਂ ਜਿੱਤਣ ਲਈ ਲੜ ਰਹੇ। ਹੁਣ ਸਾਡਾ ਟੀਚਾ ਸਾਡੇ ਮੁੱਖ ਮੰਤਰੀ ਦਾ ਕਿ 13-0। ਸੁਖਪਾਲ ਖਹਿਰਾ ਨੂੰ ਸੀਐਮ ਦਾ ਜਿਹੜਾ ਆਪਣਾ ਹਲਕਾ ਜਿੱਥੋਂ ਐਮਪੀ ਬਣਦੇ ਰਹੇ ਨੇ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ, ਉਹਨੂੰ ਕਿੰਨੀ ਕੁ ਵੱਡੀ ਚੇਤਾਵਨੀ ਆਮ ਆਦਮੀ ਪਾਰਟੀ? ਨਹੀਂ ਕੋਈ ਚੇਤਾਵਨੀ, ਉਹਨੂੰ ਕਾਹਦੀ ਚੇਤਾਵਨੀ? ਪਿਛਲੇ ਉਹ ਬਠਿੰਡੇ ਤੋਂ ਹਲਕਾ ਸੰਗਰੂਰ ਹੈ, ਕੋਈ ਚੇਤਾਵਨੀ ਖਹਿਰਾ ਸਾਡੇ ਲਈ ਕੋਈ ਚੇਤਾਵਨੀ? ਜੇਕਰ ਅਸੀਂ ਦੇਸ਼ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੈ, ਪਰ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਆਮੋ ਸਾਹਮਣੇ ਨੇ, ਉਸ ਚੀਜ਼ ਨੂੰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਸਮਝਾਇਆ? ਜੇ ਪੰਜਾਬ ਦੀ ਖੇਤੀਬਾੜੀ ਵੱਧ ਗਈ, ਪੰਜਾਬ ਦਾ ਮਜ਼ਦੂਰ ਵੱਧ ਜੂ, ਪੰਜਾਬ ਦਾ ਦੁਕਾਨਦਾਰ ਵੱਧ ਜੂਗਾ। ਖੇਤੀਬਾੜੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਆ। ਧਾਰੀਵਾਲ ਸਾਹਿਬ, ਸਭ ਤੋਂ ਪਹਿਲਾਂ ਤੁਹਾਡੀ ਪਾਰਟੀ ਨੇ ਉਮੀਦਵਾਰ ਐਲਾਨੇ, ਔਰ ਹੁਣ ਹੌਲੀ ਹੌਲੀ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਆਉਣੇ ਸ਼ੁਰੂ ਹੋ ਚੁੱਕੇ ਆ, ਪਰ ਅੰਮ੍ਰਿਤਸਰ ਦੀ ਮੈਂ ਗੱਲ ਕਰਾਂ ਤਾਂ ਚਾਰੇ ਜਿਹੜੀਆਂ ਮੁੱਖ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਤਾਂ ਹੁਣ ਕਿੰਨੀ ਕੁ ਵੱਡੀ ਚੁਣੌਤੀ ਹੈ ਜਾਂ ਜਿਹੜੇ ਸਾਹਮਣੇ ਮੈਦਾਨ ਦੇ ਵਿੱਚ ਪਲੇਅਰ ਨੇ ਉਹ ਕਿੰਨੇ ਕੁ ਧਾਕੜ ਲੱਗਦੇ ਤੁਹਾਨੂੰ? ਦੇਖੋ, ਜਦੋਂ ਇਲੈਕਸ਼ਨ ਲੜਦੇ ਆਪਾਂ ਚੁਣੌਤੀ ਤਾਂ ਹੁੰਦੀ ਹੈ, ਪਰ ਅਸੀਂ ਮਤਲਬ ਇੱਕ ਮਹੀਨੇ ਤੋਂ, ਕਿਉਂਕਿ ਮੇਰੀ ਅਨਾਊਂਸਮੈਂਟ 16 ਮਾਰਚ ਨੂੰ ਹੋ ਗਈ ਸੀ, ਅਸੀਂ 17 ਮਾਰਚ ਨੂੰ ਅਸੀਂ ਨਾਲੇ ਤੋਂ ਆਪਣੀ ਇਲੈਕਸ਼ਨ ਮੁਹਿੰਮ ਸ਼ੁਰੂ ਕਰਤੀ ਸੀਗੀ। ਹੁਣ ਤੱਕ ਆਪਾਂ ਬਹੁਤ ਸਾਰੀਆਂ ਮੀਟਿੰਗਾਂ ਕਰ ਲਈਆਂ, ਬਹੁਤ ਸਾਰੇ ਲਗਭਗ ਸਭ ਹਲਕਿਆਂ 'ਚ ਜਾਏ, ਔਰ ਲੋਕਾਂ ਦਾ ਰਿਸਪੋਂਸ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ 2 ਸਾਲ ਕੰਮ ਕੀਤੇ ਆ ਉਹ ਤੋਂ ਲੋਕ ਬਹੁਤ ਖੁਸ਼ ਨੇ, ਬਿਜਲੀ ਦੇ ਬਿੱਲ 0 ਨੇ, ਬਹੁਤ ਖੁਸ਼ ਹੈ, ਬਹੁਤ ਆਰਾਮ ਨਾਲ ਈਜੀ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੀ ਸੀਟ ਜਿੱਤ ਲੂ। ਤੁਸੀਂ ਪਹਿਲਾਂ ਵੀ ਇੱਕ ਵਾਰ ਮੈਦਾਨ ਦੇ ਵਿੱਚ ਉਤਰ ਚੁੱਕੇ ਹੋ, ਹਾਲਾਂਕਿ ਉਸ ਵੇਲੇ ਪਾਰਟੀ ਦੀ ਸਰਕਾਰ ਨਹੀਂ ਸੀ ਪੰਜਾਬ ਦੇ ਵਿੱਚ, ਹੁਣ ਮੌਜੂਦਾ ਸਰਕਾਰ ਵੀ ਹੈ, ਸਰਕਾਰ ਦਾ ਤੁਸੀਂ ਅਹਿਮ ਹਿੱਸਾ ਵੀ ਹੋ, ਤਾਂ ਲੱਗਦਾ ਕਿ ਜਿਹੜੇ ਕੰਮਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਦੋਂ ਲੋਕਾਂ ਦੇ ਵਿੱਚ ਜਾ ਕੇ ਗੱਲਾਂ ਕਰਦੇ ਹੋ ਤਾਂ ਕੀ ਰਿਸਪੋਂਸ ਕੀ ਲੱਗ ਰਿਹਾ ਲੋਕ? ਨਹੀਂ ਨਹੀਂ, ਰਿਸਪੋਂਸ ਬਹੁਤ ਵਧੀਆ, ਜਿਹੜੀ ਉਹ ਇਲੈਕਸ਼ਨ ਸੀ ਉਨੀ ਦੀ, ਇੱਕ ਤਾਂ ਸਰਕਾਰ ਦੀ ਹੀ, ਦੂਜਾ ਇਹ ਕਿ ਉਦੋਂ ਪਾਰਟੀ ਦੇ ਵਿੱਚ ਫੁੱਟ ਪੈ ਗਈ। ਖਹਿਰਾ ਸਾਹਿਬ ਨੇ ਵੱਖਰੀ ਪਾਰਟੀ ਬਣਾ ਲਈ ਉਦੋਂ, ਅਤੇ ਉਦੋਂ ਸਿਰਫ ਅਸੀਂ ਇਲੈਕਸ਼ਨ ਲੜੇ ਸੀ ਪਾਰਟੀ ਨੂੰ ਬਚਾਉਣ ਲਈ ਕਿ ਪਾਰਟੀ ਬਚਾਈ ਜਾਵੇ ਆਪਣੀ, ਔਰ ਪਾਰਟੀ ਬਚਾਉਣ 'ਚ ਅਸੀਂ ਕਾਮਯਾਬ ਹੋ ਗਏ। ਜੇ ਅਸੀਂ ਉਹ ਇਲੈਕਸ਼ਨ ਨਾਲ ਲੜਦੇ ਤਾਂ ਮੁੜ ਕੇ 16 ਸੀਟਾਂ ਨਹੀਂ ਹੋਣੀਆਂ ਮਾਝੇ 'ਚੋਂ, ਸੋ ਹੁਣ ਅਸੀਂ ਜਿੱਤਣ ਲਈ ਲੜ ਰਹੇ ਹਾਂ। ਹੁਣ ਸਾਡਾ ਟੀਚਾ ਸਾਡੇ ਮੁੱਖ ਮੰਤਰੀ ਦਾ ਕਿ 13-0 ਜਿਹੜੀ ਅਸਲ ਉਹ ਕਰਦੇ, 13-0 ਪੂਰੇ ਪੰਜਾਬ 'ਚ ਕਰਕੇ ਲੋਕ ਸਭਾ ਦੇ ਵਿੱਚ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਆ ਪੰਜਾਬ ਨਾਲ, ਉਹਨਾਂ ਧੱਕਿਆਂ ਨੂੰ ਦੂਰ ਕਰਨਾ। ਤੁਸੀਂ ਖਹਿਰਾ ਸਾਹਿਬ ਦਾ ਜ਼ਿਕਰ ਕੀਤਾ, ਕੱਲ੍ਹ ਜਿਹੜੀ ਲਿਸਟ ਆਈ ਹੈ ਕਾਂਗਰਸ ਦੀ, ਸੁਖਪਾਲ ਖਹਿਰਾ ਨੂੰ ਸੀਐਮ ਦਾ ਜਿਹੜਾ ਆਪਣਾ ਹਲਕਾ ਜਿੱਥੋਂ ਐਮਪੀ ਬਣਦੇ ਰਹੇ ਨੇ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ, ਉਹਨੂੰ ਕਿੰਨੀ ਕੁ ਵੱਡੀ ਚੇਤਾਵਨੀ ਆਮ ਆਦਮੀ ਪਾਰਟੀ? ਨਹੀਂ ਨਹੀਂ ਕੋਈ ਚੇਤਾਵਨੀ, ਉਹਨੂੰ ਕਾਹਦੀ ਚੇਤਾਵਨੀ? ਪਿਛਲੇ ਉਹ ਬਠਿੰਡੇ ਤੋਂ ਹਲਕਾ ਸੰਗਰੂਰ ਹੈ, ਕੋਈ ਚੇਤਾਵਨੀ? ਖਹਿਰਾ ਸਾਡੇ ਲਈ ਕੋਈ ਚੇਤਾਵਨੀ? ਕੋਈ ਕੋਈ ਇੱਦਾਂ ਦੀ ਗੱਲ? ਜਿੰਨੇ ਵੀ, ਕਿਉਂਕਿ ਜੇਕਰ ਅਸੀਂ ਕਾਂਗਰਸ ਦੇ ਵਿੱਚ ਦੇਖੀਏ ਤਾਂ ਆਪਸੀ ਜਿਹੜੀ ਪਾਰਟੀ ਦੇ ਵਿੱਚ ਫੁੱਟਬਾਜ਼ੀ ਨਜ਼ਰ ਆਉਂਦੀ ਹੈ, ਤੁਹਾਡੀ ਪਾਰਟੀ ਦੇ ਵਿੱਚ ਵੀ ਕੋਈ ਐਸੀ ਗੱਲ ਹੈ ਜਾਂ ਸਾਰੇ ਵਿਧਾਇਕਾਂ ਵੱਲੋਂ ਸਹਿਯੋਗ? ਗੱਲ ਨਹੀਂ, ਸਾਡੀ ਅੰਮ੍ਰਿਤਸਰ 'ਚ ਵੀ ਸਾਰੇ ਸਟੇਟ ਦੇ ਵਿੱਚ ਸਭ ਲੋਕ ਸਾਡੇ ਅਰਵਿੰਦ ਕੇਜਰੀਵਾਲ ਦੇ ਨਾਲ ਨੇ, ਸਭ ਲੋਕ ਭਗਵੰਤ ਮਾਨ ਜੀ ਦੇ ਨਾਲ, ਇਸ ਕਰਕੇ ਪਾਰਟੀ ਦੇ ਵਿੱਚ ਕੋਈ ਇੱਦਾਂ ਦਾ। ਜਿਹੜੀ 13-0 ਦੀ ਗੱਲ ਕਹੀ ਜਾ ਰਹੀ ਹੈ, ਜੇਕਰ ਅਸੀਂ ਦੇਸ਼ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੈ, ਪਰ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਆਮੋ ਸਾਹਮਣੇ ਨੇ, ਉਸ ਚੀਜ਼ ਨੂੰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ? ਨਹੀਂ, ਉਹ ਸਮਝਾਇਆ ਜਾ ਰਿਹਾ, ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਨੇ ਕਰਪਸ਼ਨ ਕੀਤੀ ਕੈਪਟਨ ਅਮਰਿੰਦਰ ਦੇ ਰਾਜ 'ਚ, ਉਹਦੇ ਕਰਕੇ ਅਸੀਂ ਉਹਨਾਂ ਨਾਲ ਗੱਠਜੋੜ ਨਹੀਂ ਕੀਤਾ, ਬਟ ਅਸੀਂ ਹੈ ਇੰਡੀਆ ਅਲਾਇੰਸ ਦਾ ਹਿੱਸਾ ਜੀ, ਪੰਜਾਬ 'ਚ ਜਿੱਤ ਜੂ ਅਤੇ ਪੰਜਾਬ ਦੀਆਂ ਜਿੰਨੀਆਂ ਜਿੱਤਾਂਗੇ ਸਾਰੀਆਂ ਉਹ ਅਲਾਇੰਸ ਦੇ ਹਿੱਸੇ ਜਾਣਗੇ।
ਆਖਰੀ ਸਵਾਲ, ਤੁਸੀਂ ਇੱਕ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ, NRI ਵੀ ਹੋ, ਪਰ ਆਪਣੇ ਅੰਮ੍ਰਿਤਸਰ ਹਲਕੇ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਜਾਤੀਆਂ, ਬਹੁਤ ਸਾਰੇ ਵਰਗਾਂ ਦੇ ਲੋਕ ਰਹਿੰਦੇ ਨੇ, ਉਹਨਾਂ ਸਾਰਿਆਂ ਨੂੰ ਇਕਜੁੱਟ ਕਰਨ ਦੇ ਲਈ ਤੁਹਾਡੇ ਵੱਲੋਂ ਕੀ ਕੋਸ਼ਿਸ਼ ਪਹਿਲਾਂ ਵੀ ਕੀਤੀ ਜਾਂਦੀ ਹੋਏਗੀ? ਮੈਂ ਪੰਜਾਬੀ ਹਾਂ, ਮੈਂ ਨਾ ਕਦੀ ਜੱਟ ਸ਼ਬਦ ਆਪਣੇ ਨਾਲ ਲਾਇਆ, ਨਾ ਮੈਂ ਕਦੀ ਲਾਉਣਾ, ਠੀਕ ਆ, ਘਰ ਜਿੱਤੇ ਦਿੱਤੇ, ਬਟ ਆਈ ਐਮ ਪੰਜਾਬੀ, ਮੈਂ ਮਨੁੱਖ ਪਹਿਲਾਂ, ਮੈਨੂੰ ਮਹਾਰਾਜ ਨੇ ਮਨੁੱਖ ਭੇਜਿਆ, ਜਦੋਂ ਮੇਰਾ ਜਨਮ ਹੋਇਆ ਸੀ ਮੇਰਾ ਐਜੇ ਮਨੁੱਖ ਹੋਇਆ, ਮੇਰੇ ਉਦੋਂ ਜਨਮ ਦੇਣ ਲੱਗਿਆ ਨਹੀਂ ਮੈਨੂੰ ਦੇਖਿਆ ਕਿ ਜੱਟ ਹੈ ਜਾਂ ਮਜ਼ਹਬੀ ਸਿੰਘ ਹੈ ਜਾਂ ਹਿੰਦੂ ਸਿੰਘ ਹੈ ਜਾਂ ਕੀ ਹੈ ਕੀ ਨਹੀਂ, ਮੈਂ ਮਨੁੱਖਤਾ ਦੀ ਗੱਲ ਕਰਨ ਵਾਲਾ ਬੰਦਾ ਅਤੇ ਮੈਂ ਪੰਜਾਬੀ ਹਾਂ, ਪੰਜਾਬ ਦੇ ਭਲੇ ਲਈ ਲੜੂੰਗਾ। MP ਦੇ ਤੌਰ 'ਤੇ ਕਿਹੜੇ ਐਸੇ ਕੰਮ ਨੇ ਜਿਹੜੇ ਲੋਕਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਜੇਕਰ ਤੁਸੀਂ MP ਬਣਦੇ, ਕਿਉਂਕਿ ਜਿਹੜੇ BJP ਦੇ ਕੈਂਡੀਡੇਟ ਨੇ ਉਹ ਇੱਕ ਸਾਬਕਾ ਅੰਬੈਸਡਰ ਨੇ, ਮੌਜੂਦਾ ਜੇਕਰ ਅਸੀਂ ਕਾਂਗਰਸ ਦੇ ਸਾਂਸਦ ਦੀ ਗੱਲ ਕਰੀਏ, ਉਹਨੂੰ ਫਿਰ ਮੈਦਾਨ ਦੇ ਵਿੱਚ ਉਤਾਰਿਆ ਗਿਆ, ਤੁਹਾਡੇ ਕੋਲ ਵੱਖਰਾ ਏਜੰਡਾ ਜਾਂ ਰੋਡ ਮੈਪ ਕੀ ਹੈ? ਵੱਖਰਾ ਏਜੰਡਾ ਜਿਹੜਾ ਨਾ, ਪਹਿਲਾਂ ਤਾਂ ਲੋਕਾਂ ਨੂੰ ਇਹ ਸਮਝਾਵਾਂਗੇ, ਤੁਹਾਨੂੰ ਇੱਕ ਅੱਧੇ ਦਿਨ 'ਚ ਸੱਦਾਂਗੇ, ਅਸੀਂ ਆਪਣਾ ਏਜੰਡਾ ਜਿਹੜਾ ਤੁਹਾਨੂੰ ਜਾਰੀ ਕਰਾਂਗੇ ਕਿ ਅਸੀਂ ਅੰਮ੍ਰਿਤਸਰ ਲਈ ਕੀ ਕੁਝ ਚਾਹੁੰਦੇ ਹਾਂ, ਕੀ ਕਰਨਾ ਹੈ। ਗੱਲ ਇਹ ਹੈ ਕਿ ਜਿਹੜਾ MP ਹੈ, MP ਦਾ ਜਿਹੜਾ ਲੈਵਲ ਹੈ, 543 ਬੰਦੇ MP ਬਣਦੇ, 140 ਕਰੋੜ ਆਬਾਦੀ ਹੈ, 140 ਕਰੋੜ ਆਬਾਦੀ ਦੀ ਨੁਮਾਇੰਦਗੀ ਕਰਦੇ ਹਾਂ ਸਰ, ਸਾਨੂੰ MP ਵਾਲੇ ਕੰਮ ਕਰਨੇ ਪੈਣਗੇ। ਅਸੀਂ ਦੇਸ਼ ਲਈ, ਸਟੇਟਾਂ ਲਈ ਕੀ ਕੀ ਪ੍ਰੋਜੈਕਟ ਲੈ ਕੇ ਆਉਂਦੇ ਹਾਂ, ਕੀ ਨਹੀਂ ਲਿਆਉਂਦੇ, ਉਹ ਕਾਊਂਟ ਕਰਦਾ। ਜਿਹੜੇ ਪਹਿਲੇ MP ਆਏ ਉਹਨਾਂ ਨੂੰ ਇਹੀ ਪੁੱਛਾਂਗੇ ਭਈ ਤੁਸੀਂ, ਜੇ ਆਪਾਂ ਗਲੀਆਂ ਨਾਲੀਆਂ ਬਣਾਉਣੀਆਂ, ਉਹ ਤਾਂ ਪਿੰਡ ਦਾ ਸਰਪੰਚ ਵੀ ਬਣਾਉਂਦਾ, ਬਲਾਕ ਸਮਿਤੀ ਮੈਂਬਰ ਵੀ ਬਣਾਉਂਦਾ, ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਬਣਾਉਂਦਾ, ਅਤੇ ਜੇ MLA ਨੇ ਅਤੇ MP ਨੇ ਇਹੀ ਕੰਮ ਕਰਦਾ, ਜੇ ਉਹਨਾਂ ਵੀ ਇਹੀ ਕੰਮ ਕਰਦਾ, ਸਰਪੰਚ ਦੇ ਉੱਥੇ ਫਰਕ ਹੀ ਹੈ ਸਰ। ਗੱਲ ਇਹ ਹੈ, ਆਪਾਂ MP ਹਾਂ, ਸਾਡੇ ਲਈ ਹੈ ਕਿ ਅਸੀਂ ਆਪਣੇ ਜ਼ਿਲ੍ਹੇ ਦੀ ਪ੍ਰੋਜੈਕਟ ਕਿਹੜੇ ਲੈ ਕੇ, ਇੰਡਸਟਰੀ ਕੀ ਲੈ ਕੇ, ਟ੍ਰੇਡ ਲਈ ਕੀ ਕੀਤਾ, ਯੂਨੀਵਰਸਿਟੀ ਕਿੱਦਾਂ ਦੀ ਲੈ ਕੇ ਆਏ, ਮੈਡੀਕਲ ਕਾਲਜ ਕਿੱਦਾਂ ਦੇ ਲੈ ਕੇ, ਰੋਡ ਮੈਪ ਤਿਆਰ ਹੈ? ਬਿਲਕੁਲ ਤਿਆਰ ਹੈ, ਤੁਹਾਨੂੰ ਦੱਸਾਂਗੇ। ਆਖਰੀ ਸਵਾਲ, ਬਹੁਤ ਸਾਰੀਆਂ ਪਾਰਟੀਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ, ਤੁਸੀਂ ਖੁਦ ਇੱਕ ਕਿਸਾਨ ਦੇ ਪੁੱਤਰ ਹੋ, ਖੁਦ ਕਿਸਾਨੀ ਵੀ ਕਰਦੇ ਹੋ, ਤੁਹਾਨੂੰ ਪਿੰਡਾਂ ਦੇ ਵਿੱਚ ਜਾਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਰਹੀ? ਕਦੀ ਨਹੀਂ, ਦੇਖੋ ਅਸੀਂ ਪੰਜਾਬੀ ਹਾਂ, ਪੰਜਾਬ ਦੇ ਮਦਈ ਹਾਂ, ਸਾਨੂੰ ਕਦੀ ਦਿੱਕਤ ਆਉਣੀ ਹੈ, ਆਮ ਘਰਾਂ ਦੇ ਮੁੰਡੇ ਹਾਂ, ਕਿਸਾਨ ਆ, ਕਿਸਾਨੀ ਦੇ ਹਿੱਤੂ ਆ, ਜੇ ਪੰਜਾਬ ਦੀ ਖੇਤੀਬਾੜੀ ਮਰ ਗਈ, ਪੰਜਾਬ ਦਾ ਮਜ਼ਦੂਰ ਮਰ ਜੂਗਾ, ਪੰਜਾਬ ਦਾ ਦੁਕਾਨਦਾਰ ਮਰ ਜੂਗਾ, ਖੇਤੀਬਾੜੀ ਨੂੰ ਬਚਾਉਣਾ, ਕਿਸਾਨੀ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਆ, ਅਤੇ ਆਪਾਂ ਕਿਸਾਨਾਂ ਦੇ ਨਾਲ ਆ, ਪਹਿਲੇ ਦਿਨ ਤੋਂ ਮੈਂ ਤਾਂ ਧੰਦਿਆਂ ਮੈਂ ਜ਼ਿਆਦਾ ਦਿੱਲੀ ਬੈਠੇ ਨੇ, ਆਪਾਂ ਕੋਈ ਚੱਕਰ ਨਹੀਂ। ਤਾਂ ਇਹ ਨੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ, ਜੋ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਵੀ ਨੇ, ਤਾਂ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਇੱਕ ਰੋਡ ਮੈਪ ਹੈ ਕਿ ਅੰਮ੍ਰਿਤਸਰ ਦੇ ਵਿਕਾਸ ਦੇ ਲਈ ਕੀ ਕੁਝ ਕਰਨਾ, ਤਾਂ ਉਸ ਨੂੰ ਲੈ ਕੇ ਵੀ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਆਪਣਾ ਜਿਹੜਾ ਰੋਡ ਮੈਪ ਹੈ ਉਹ ਅੰਮ੍ਰਿਤਸਰ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ। ਔਰ ਜਿੱਥੋਂ ਤੱਕ ਕਿਸਾਨੀ ਦਾ ਸਵਾਲ ਹੈ, ਤਾਂ ਉਹਨਾਂ ਦਾ ਕਹਿਣਾ ਕਿ ਉਹ ਖੁਦ ਵੀ ਕਿਸਾਨ ਨੇ, ਔਰ ਕਿਸਾਨ ਜਿਹੜੇ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਵੀ ਰਹੇ ਨੇ, ਔਰ ਉਹਨਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਵੀ ਉਹਨਾਂ ਦਾ ਸਾਥ ਮਿਲ ਰਿਹਾ। ਕੈਮਰਾਮੈਨ ਹਰੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।